पंजाबी नैशनल टीवी लगातार सवेर तो किसान परेड नाल संबंधित अपने दर्शकों को हर अपडेट दे रहा है। जदों दा किसानां ने लाल किले ते खालसाई झंडा लहराया है, किसानी झंडा लहराया है, हालात लगातार तनावपूर्ण बन रहे ने। दिल्ली दे विच इंटरनेट सर्विसिज नू बंद कर दिता गया है, पर असी फोन ते लगातार अपने रिपोर्टर्स दे नाल कॉन्टैक्ट दे विच हां। उत्थे किस तरह के हालात ने, पुलिस अते किसानां दे विच लाठीचार्ज हो रहा जां नहीं हो रहा, उत्थे किवें दा ग्राउंड लैवल दी की रिपोर्ट आ, उहदे लई असी अपने रिपोर्टर पूजा संधु दे नाल फोन ते गलबात करदे हां ते जानदे हां दिल्ली दी ग्राउंड रिपोर्ट इस वेले की आ, हालात उत्थे किवें दे बने होए ने। पूजा जी, साडे दर्शकां नूं इह दसो कि इस वेले तुसीं कित्थे मौजूद आ दिल्ली दे विच। जी सबलीन, इस वेले मैं दिल्ली दे विच लाल किले दे विच मौजूद आ। ते लाल किले दे हालात किद्दां दे ने, क्योंकि दिल्ली दे विच नैट नूं इस वेले बंद कर दिता गया आ, इंटरनेट सस्पेंड होण दीआं खबरां आ रहीआं ने, ते सानूं इत्थे दसो कि हालात किस तरह दे ने इस वेले उत्थे। ਸਰਲੀਨ, ਹਾਲਾਤ ਇਸ ਵੇਲੇ ਤਣਾਅਪੂਰਨ ਬਣੇ ਹੋਏ ਨੇ, ਕਿਉਂਕਿ ਸਵੇਰ ਦੀ ਜੇਕਰ ਗੱਲ ਕਰੀਏ, ਜਦੋਂ ਕਾਫਲਾ ਤੁਰਿਆ ਸੀ ਸਿੰਘੂ ਬਾਰਡਰ ਤੋਂ, ਤੇ ਬੜੇ ਹੀ ਵਧੀਆ ਤਰੀਕੇ ਦੇ ਨਾਲ, ਸ਼ਾਂਤਮਈ ਢੰਗ ਦੇ ਨਾਲ ਇਹ ਰਵਾਨਾ ਹੋਇਆ ਸੀ। ਪਰ ਰਸਤੇ ਦੇ ਵਿੱਚ ਜਿਵੇਂ ਬੈਰੀਅਰਸ ਪੁਲਿਸ ਦੇ ਵੱਲੋਂ ਲਗਾਏ ਗਏ ਸੀ, ਰੋਡ ਮੈਪ ਕੁਝ ਹੋਰ ਸੀ, ਪਰ ਲੋਕਾਂ ਦੇ ਵਿੱਚ ਪਹਿਲਾਂ ਤੋਂ ਇਹ ਗੱਲ ਜਿਵੇਂ ਸਾਡੇ ਕਿਸਾਨ ਆਗੂਆਂ ਨੇ ਕਹੀ ਸੀ ਕਿ ਅਸੀਂ ਰਿੰਗ ਰੋਡ ਤੇ ਜਾਵਾਂਗੇ, ਪਰ ਰਿੰਗ ਰੋਡ ਦਾ ਫੈਸਲਾ ਜਿਹੜਾ ਬਾਅਦ ਚ ਰੱਦ ਕਰ ਦਿੱਤਾ ਗਿਆ, ਕਿਉਂਕਿ ਦਿੱਲੀ ਪੁਲਿਸ ਨੇ ਇਸ ਚੀਜ਼ ਦੀ ਪਰਮਿਸ਼ਨ ਨਹੀਂ ਦਿੱਤੀ ਸੀ। ਰੋਡ ਪਲਾਨ ਕੁਝ ਹੋਰ ਸੀ, ਪਰ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਜੋਸ਼ ਸੀ 26 ਜਨਵਰੀ ਨੂੰ ਲੈ ਕੇ, ਤੇ ਸਿੱਧਾ ਜਿਹੜਾ ਕਾਫਲਾ ਆ ਉਹ ਰਿੰਗ ਰੋਡ ਵੱਲ ਵਧਿਆ, ਫਿਰ ਉਸ ਤੋਂ ਬਾਅਦ ਬੈਰੀਅਰ ਟੁੱਟੇ ਨੇ, ਪੁਲਿਸ ਵੱਲੋਂ ਗੋਲੀਬਾਰੀ ਵੀ ਹੋਈ ਹੈ, ਤੇ ਨਾਲ ਹੀ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ, ਤੇ ਉਹਨਾਂ ਦੇ ਵਿੱਚ ਕਾਫੀ ਕਿਸਾਨ ਵੀ ਜ਼ਖਮੀ ਹੋਏ ਨੇ, ਤੇ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਹੋਈ ਹੈ। ਤੇ ਜੇਕਰ ਹੁਣ ਅਸੀਂ ਗੱਲ ਕਰੀਏ ਦਿੱਲੀ ਦੇ ਵਿੱਚ ਲਾਲ ਕਿਲੇ ਦੀ, ਤੇ ਇੱਥੇ ਅਸੀਂ ਪਹੁੰਚੇ ਹੋਏ ਹਾਂ, ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਰਹੇ ਨੇ, ਤੇ ਲਗਾਤਾਰ ਜਿਵੇਂ ਗੱਲ ਕੀਤੀ ਜਾ ਰਹੀ ਸੀ ਕਿ ਟਰੈਕਟਰ ਲੱਖਾਂ ਦੀ ਗਿਣਤੀ ਦੇ ਵਿੱਚ ਨੇ, ਤੇ ਸ਼ਾਇਦ ਇਸ ਪਰੇਡ ਨੂੰ 2 ਤੋਂ 3 ਦਿਨ ਵੀ ਲੱਗ ਸਕਦੇ ਨੇ ਇੱਕ ਚੱਕਰ ਲਗਾਉਣ ਦੇ ਵਿੱਚ। ਪਰ ਜਿਸ ਹਿਸਾਬ ਨਾਲ ਅਸੀਂ ਮਾਹੌਲ ਦੇਖ ਰਹੇ ਹਾਂ, ਲੋਕ ਆ ਤਾਂ ਰਹੇ ਨੇ, ਰੋਡ ਪਲਾਨ ਹੋਰ ਸੀ, ਤੇ ਪਰ ਹੁਣ ਸਾਰੇ ਹੀ ਜਿੰਨੇ ਵੀ ਟਰੈਕਟਰ ਨੇ ਲਾਲ ਕਿਲੇ ਵੱਲ ਵੱਧ ਰਹੇ ਨੇ, ਤਾਂ ਕਿ ਇੱਥੇ ਕੇਸਰੀ ਝੰਡਾ ਤੇ ਕਿਸਾਨੀ ਝੰਡਾ ਲਹਿਰਾ ਦਿੱਤਾ ਗਿਆ ਆ। ਵਾਪਸ ਮੁੜ ਗਏ ਨੇ ਕਾਫੀ ਲੋਕ, ਪਰ ਫਿਰ ਵੀ ਜਿਹੜੇ ਪਿੱਛੋਂ ਆ ਰਹੇ ਨੇ ਉਹ ਲਗਾਤਾਰ ਲਾਲ ਕਿਲੇ ਦੇ ਵਿੱਚ ਜਾ ਕੇ ਵਿਰੋਧ ਕਰ ਰਹੇ ਨੇ, ਨਾਰੇ ਲਗਾ ਰਹੇ ਨੇ। ਤੇ ਲਾਲ ਕਿਲੇ ਤੋਂ ਪਹਿਲਾਂ, ਥੋੜੀ ਦੇਰ ਪਹਿਲਾਂ ਦੀਆਂ ਖਬਰਾਂ ਦੀ ਜੇਕਰ ਗੱਲ ਕਰੀਏ, ਤੇ ਇੱਥੇ ਵੀ ਫਾਇਰਿੰਗ ਹੋਈ ਹੈ, ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ, ਪੁਲਿਸ ਕਰਮੀ ਵੀ ਜਿਹੜੇ ਉਹ ਜ਼ਖਮੀ ਹੋਏ ਨੇ। ਜੀ ਸਬਲੀਨ। ਪੂਜਾ, ਤੁਸੀਂ ਦੱਸਿਆ ਕਿ ਲਾਲ ਕਿਲੇ ਦੇ ਵਿੱਚ ਇਸ ਵੇਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਘੱਟ ਨਹੀਂ ਰਹੀ, ਤੇ ਉੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਕਿਸ ਤਰ੍ਹਾਂ ਦਾ ਮਾਹੌਲ ਆ, ਸਥਿਤੀ ਤਣਾਅਪੂਰਨ ਆ, ਕਿਉਂਕਿ ਇੱਥੇ ਖਬਰਾਂ ਆ ਰਹੀਆਂ ਨੇ ਕਿ ਲਾਠੀਚਾਰਜ ਵੀ ਹੋ ਰਿਹਾ ਆ, ਗੋਲੀਆਂ ਵੀ ਚੱਲ ਰਹੀਆਂ ਨੇ, ਕਿੰਨੀ ਕੁ ਸੱਚਾਈ ਆ ਗਰਾਊਂਡ ਲੈਵਲ ਦੀ ਸਾਨੂੰ ਦੱਸੋ। ਸਵਲੀਨ, ਇਹ ਗੱਲ ਸੱਚ ਹੈ ਕਿ ਇੱਥੇ ਗੋਲੀਬਾਰੀ ਹੋਈ ਹੈ, ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ, ਲਾਠੀ ਚਾਰਜ ਵੀ ਹੋਇਆ ਹੈ, ਪਰ ਫਿਲਹਾਲ ਦੀ ਜੇਕਰ ਹੁਣ ਦੀ ਗੱਲ ਕਰੀਏ, ਇਸ ਵੇਲੇ ਜਿਹੜਾ ਮਾਹੌਲ ਹੈ ਉਹ ਸ਼ਾਂਤਮਈ ਹੈ, ਲੋਕ ਆ ਰਹੇ ਨੇ, ਵਿਰੋਧ ਕਰ ਰਹੇ ਨੇ, ਅੰਦਰ ਬੈਠ ਰਹੇ ਨੇ ਤੇ ਵਾਪਸ ਮੁੜ ਰਹੇ ਨੇ, ਤੇ ਪੁਲਿਸ ਕਰਮਚਾਰੀ ਉਹਨਾਂ ਦੀ ਵੀ ਵੱਡੀ ਗਿਣਤੀ ਇੱਥੇ ਮੌਜੂਦ ਹੈ, ਲੋਕਾਂ ਨੂੰ ਸੰਭਾਲ ਵੀ ਰਹੇ ਨੇ, ਪਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਹ ਰਿਕੁਐਸਟ ਵੀ ਕਰ ਰਹੇ ਨੇ ਕਿ ਇੱਥੇ ਕੋਈ ਵੀ ਏਦਾਂ ਦੀ ਹੁੱਲੜਬਾਜ਼ੀ ਨਾ ਕੀਤੀ ਜਾਵੇ, ਤਰਕ ਨੇ ਪੂਰੇ। ਪਰ ਫਿਰ ਵੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਸ ਹਿਸਾਬ ਨਾਲ ਮਾਹੌਲ ਅੱਗੇ ਵੱਧ ਰਿਹਾ ਆ, ਗਰਮਾ ਗਰਮੀ ਦਾ ਮਾਹੌਲ ਸ਼ਾਇਦ ਬਣ ਸਕਦਾ ਆ, ਕਿਉਂਕਿ ਪੁਲਿਸ ਕਰਮਚਾਰੀ ਨਜ਼ਰ ਬਣਾਈ ਰੱਖੇ ਹੋਏ ਨੇ ਇਸ ਪੂਰੇ ਮਾਹੌਲ ਦੇ ਉੱਤੇ, ਇਸ ਅੰਦੋਲਨ ਦੇ ਉੱਤੇ, ਤੇ ਲੋਕ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ ਕਿ ਲਗਾਤਾਰ ਲਾਲ ਕਿਲੇ ਦੇ ਵਿੱਚ ਪਹੁੰਚਿਆ ਜਾਵੇ ਤੇ ਇੱਥੋਂ ਇੱਕ ਵਾਰ ਗੇੜਾ ਜ਼ਰੂਰ ਕੱਢ ਕੇ ਵਾਪਸ ਜਾਏ। ਸ਼ੁਕਰੀਆ ਪੂਜਾ, ਇੰਟਰਨੈਟ ਸਸਪੈਂਡ ਹੋ ਚੁੱਕਾ ਦਿੱਲੀ, ਪਰ ਫੋਨ ਤੇ ਅਸੀਂ ਲਗਾਤਾਰ ਤੁਹਾਡੇ ਨਾਲ ਆਪਣਾ ਸੰਪਰਕ ਬਣਾ ਕੇ ਰੱਖਾਂਗੇ। ਸ਼ੁਕਰੀਆ ਪੂਜਾ। ਜੀ ਸਬਲੀਨ।